ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਜਲੰਧਰ ਦਾ ਇੱਕ ਫਰਜ਼ੀ ਟਰੈਵਲ ਏਜੰਟ ਜਿਸ ਤੋਂ 150 ਤੋਂ ਵੱਧ ਪਾਸਪੋਰਟ ਬਰਾਮਦ ਕੀਤੇ ਗਏ, ਜੋ ਆਏ ਦਿਨ ਖੇਡ ਰਿਹਾ ਸੀ ਮੋਟਾ ਪੈਸਾ ਲੈ ਕੇ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ। ਜਿਹੜੇ ਟਰੈਵਲ ਏਜੰਟ ਆ ਵਿਦਆਊਟ ਲਾਇਸੈਂਸ ਜਿਹੜਾ ਟਰੈਵਲਿੰਗ ਦਾ ਕੰਮ ਕਰਕੇ ਬੱਚੇ ਬਾਹਰ ਭੇਜ ਰਹੇ ਹੈਗੇ ਆ, ਉਹਨਾਂ ਦੇ ਉੱਤੇ ਵੱਖ ਵੱਖ ਟੀਮਾਂ, ਚਾਰ ਤਰ੍ਹਾਂ ਟੀਮਾਂ ਬਣਾਈਆਂ ਸੀਗੀਆਂ, ਜਿਹਨਾਂ 'ਚ ACPs ਰੈਂਕ ਦੇ ਉਸ ਟੀਮ ਨੂੰ ਹੈੱਡ ਕਰ ਰਹੇ ਸੀਗੇ, ਰੇਡ ਕੀਤੇ ਔਰ ਜਿਹਦੇ ਵਿੱਚ ਇੱਕ TS ਟਰੈਵਲਸ ਹੈਗਾ ਤਰਲੋਚਨ ਸਿੰਘ ਜਿਹਦਾ ਮਾਲਕ ਸੀਗਾ, ਉਹਦੇ ਦਫ਼ਤਰ 'ਤੇ ਰੇਡ ਕੀਤਾ ਔਰ ਉਹਦੇ ਤੋਂ 169 ਜਿਹੜੇ ਪਾਸਪੋਰਟ ਸੀਗੇ ਬਰਾਮਦ ਕੀਤੇ ਔਰ ਜਿਹਦਾ ਲਾਇਸੈਂਸ ਵੈਰੀਫਾਈ ਕੀਤਾ, ਚੈੱਕ ਕੀਤਾ ਔਰ ਉਹ 17 ਦੇ ਵਿੱਚ ਜਿਹੜਾ ਲਾਇਸੈਂਸ ਖਤਮ ਹੋ ਚੁੱਕਾ ਸੀ, ਇਹ ਵਿਦਆਊਟ ਲਾਇਸੈਂਸ ਕੰਮ ਕਰ ਰਿਹਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਜਲੰਧਰ ਦੇ ਟਰੈਵਲ ਏਜੰਟ ਦੇ ਉੱਤੇ ਸਖਤ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਅੱਜ ਇਸ ਫਰਜ਼ੀ ਟਰੈਵਲ ਏਜੰਟ ਨੂੰ 150 ਤੋਂ ਵੱਧ ਪਾਸਪੋਰਟਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ, ਜਿਸ ਦੇ ਵਿੱਚੋਂ 105 ਪਾਸਪੋਰਟ ਅਵੈਧ ਪਾਏ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ DCP ਬਲਕਾਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਏਜੰਟ ਦੀ ਪਹਿਚਾਣ ਤਰਲੋਚਨ ਸਿੰਘ TS ਇੰਟਰਪ੍ਰਾਈਜ਼ਸ ਨਿਵਾਸੀ ਸ਼ੇਰ ਸਿੰਘ ਕਲੋਨੀ ਬਸਤੀ ਬਾਵਾਖੇਲ ਦੇ ਰੂਪ ਵਿੱਚ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਏਜੰਟ ਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਹੈ ਅਤੇ ਜੋ ਲਾਇਸੈਂਸ ਉਸ ਤੋਂ ਬਰਾਮਦ ਕੀਤਾ ਗਿਆ ਹੈ ਉਹ 2017 ਦੇ ਵਿੱਚ ਹੀ ਖਤਮ ਹੋ ਚੁੱਕਿਆ ਸੀ। ਇਸ ਮੌਕੇ ACP ਕਵਲਜੀਤ ਸਿੰਘ ਅਤੇ ACP ਗੁਰਪ੍ਰੀਤ ਸਿੰਘ ਕਿੰਗਰਾ ਵੀ ਮੌਜੂਦ ਰਹੇ। ਅੱਜ ਜਿਹੜਾ ADCP ਸਾਡੇ ਇਨਵੈਸਟੀਗੇਸ਼ਨ ਹੈਗੇ ਆ, ਸਰਦਾਰ ਗੁਰਪ੍ਰੀਤ ਸਿੰਘ ਭੁੱਲਰ IPS ਕਮਿਸ਼ਨਰ ਪੁਲਿਸ ਜਲੰਧਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਟਰੈਵਲ ਏਜੰਟ ਆ ਵਿਦਆਊਟ ਲਾਇਸੈਂਸ ਜਿਹੜਾ ਟਰੈਵਲਿੰਗ ਦਾ ਕੰਮ ਕਰਕੇ ਬੱਚੇ ਬਾਹਰ ਭੇਜ ਰਹੇ ਹੈਗੇ ਆ, ਉਹਨਾਂ ਦੇ ਉੱਤੇ ਵੱਖ ਵੱਖ ਟੀਮਾਂ, ਚਾਰ ਤਰ੍ਹਾਂ ਟੀਮਾਂ ਬਣਾਈਆਂ ਸੀਗੀਆਂ, ਜਿਹਨਾਂ 'ਚ ACPs ਰੈਂਕ ਦੇ ਉਸ ਟੀਮ ਨੂੰ ਹੈੱਡ ਕਰ ਰਹੇ ਸੀਗੇ, ਰੇਡ ਕੀਤੇ ਔਰ ਜਿਹਦੇ ਵਿੱਚ ਇੱਕ TS ਟਰੈਵਲਸ ਹੈਗਾ ਤਰਲੋਚਨ ਸਿੰਘ ਜਿਹਦਾ ਮਾਲਕ ਸੀਗਾ, ਉਹਦੇ ਦਫ਼ਤਰ 'ਤੇ ਰੇਡ ਕੀਤਾ ਔਰ ਉਹਦੇ ਤੋਂ 169 ਜਿਹੜੇ ਪਾਸਪੋਰਟ ਸੀਗੇ ਬਰਾਮਦ ਕੀਤੇ ਔਰ ਜਿਹਦਾ ਲਾਇਸੈਂਸ ਵੈਰੀਫਾਈ ਕੀਤਾ, ਚੈੱਕ ਕੀਤਾ ਔਰ ਉਹ 17 ਦੇ ਵਿੱਚ ਜਿਹੜਾ ਲਾਇਸੈਂਸ ਖਤਮ ਹੋ ਚੁੱਕਾ ਸੀ, ਇਹ ਵਿਦਆਊਟ ਲਾਇਸੈਂਸ ਕੰਮ ਕਰ ਰਿਹਾ ਸੀਗਾ ਔਰ ਉਸ ਦੇ ਖਿਲਾਫ਼ ਅਸੀਂ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜਾ ਪਾਸਪੋਰਟ ਐਕਟ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਹੈਗਾ। ਇਹ ਮਹੱਲਾ ਮਖਦੂਮਪੁਰਾ ਦੇ ਵਿੱਚ ਇਹਨਾਂ ਕੋਲੋਂ ਰਕਮ ਕੋਈ ਨਹੀਂ ਬਰਾਮਦ ਹੋਈ, ਸਿਰਫ ਪਾਸਪੋਰਟ ਬਰਾਮਦ ਹੋਇਆ ਔਰ ਪਾਸਪੋਰਟ ਦੇ ਨਾਲ ਨਾਲ ਇੱਕ ਲੈਪਟੋਪ ਵਗੈਰਾ ਹੈਗਾ। ਉਹ ਡੈਫੀਨੇਟਲੀ ਜੇ ਸਾਡੇ ਕੋਲ ਨੋਟਿਸ ਦੇ ਵਿੱਚ ਆਵੇਗਾ ਅਸੀਂ ਕਰਾਂਗੇ, ਜ਼ਰੂਰ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਨਫੋਰਸਮੈਂਟ ਡਾਇਰੈਕਟਰ ਅਤੇ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਵੀ ਫਰਜ਼ੀ ਟਰੈਵਲ ਏਜੰਟ ਆਪਣੀ ਨਾਜਾਇਜ਼ ਦੁਕਾਨਦਾਰੀ ਧੜੱਲੇ ਨਾਲ ਚਲਾ ਰਹੇ ਨੇ ਅਤੇ ਮਾਸੂਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦੀ ਪੱਕੀ ਜਾਣਕਾਰੀ ਹੈ ਕਿ ਜਿਸ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਮਾਸੂਮਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਾਹਰ ਭੇਜਣ ਦਾ ਚਾਂਸਾ ਦੇ ਕੇ ਬੰਦੀ ਬਣਾ ਕੇ ਦੋ ਵਾਰ ਪੈਸੇ ਏਟਦਾ ਸੀ ਅਤੇ ਕਈ ਵਾਰ ਤਾਂ
ਵਿਦੇਸ਼ ਭੇਜਣ ਉਪਰੰਤ ਇਹ ਮਾਸੂਮਾਂ ਨੂੰ ਗੋਲੀਆਂ ਤੱਕ ਵੀ ਮਰਵਾ ਦਿੰਦਾ ਸੀ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਅਜਿਹੇ ਟਰੈਵਲ ਏਜੰਟਸ ਕਿੱਦਾਂ ਆਪਣੀਆਂ ਦੁਕਾਨਦਾਰੀਆਂ ਧੜੱਲੇ ਨਾਲ ਅੱਜ ਵੀ ਚਲਾ ਰਹੇ ਨੇ, ਜੋ ਤੁਹਾਡੇ ਤੋਂ ਲੱਖਾਂ ਰੁਪਈਆ ਲੈ ਕੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ ਦਾ ਖੁਆਬ ਵਿਖਾਉਂਦੇ ਨੇ, ਉਹਨਾਂ ਨੂੰ ਬੰਦੀ ਬਣਾ ਕੇ ਰੱਖਦੇ ਨੇ, ਸਾਲ ਦਰ ਸਾਲ ਉਹਨਾਂ ਦੀ ਕਮਾਈ ਖਾਂਦੇ ਨੇ, ਅਤੇ ਜੇਕਰ ਉਹ ਜ਼ੁਬਾਨ ਖੋਲ੍ਹਦੇ ਨੇ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਪੁਲਿਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਘਟੀਆ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅਤੇ ਕੜੀ ਪੁੱਛਗਿੱਛ ਕੀਤੀ ਜਾਵੇ, ਤਾਂ ਜੋ ਇਹਨਾਂ ਦਾ ਪੂਰਾ ਨੈਕਸਸ ਬ੍ਰੇਕ ਕੀਤਾ ਜਾਵੇ, ਇਹਨਾਂ ਦੀ ਪੂਰੀ ਚੇਨ ਤੋੜੀ ਜਾ ਸਕੇ ਅਤੇ ਇਹਨਾਂ ਨਾਲ ਜੁੜਿਆ ਹਰ ਟਰੈਵਲ ਏਜੰਟ ਗ੍ਰਿਫਤਾਰ ਕੀਤਾ ਜਾ ਸਕੇ, ਤਾਂ ਜੋ ਕਿਸੇ ਦੇ ਘਰ ਦਾ ਕਦੇ ਕੋਈ ਚਿਰਾਗ ਨਾ ਪੁੱਛੇ, ਕਿਸੇ ਦੇ ਪਰਿਵਾਰ ਦਾ ਮੈਂਬਰ ਕਿਤੇ ਗੁਲਾਮ ਬਣ ਕੇ ਜ਼ਿੰਦਗੀ ਬਤੀਤ ਨਾ ਕਰੇ, ਕਿਸੇ ਬਜ਼ੁਰਗ ਮਾਪਿਆਂ ਦੀਆਂ ਅੱਖਾਂ ਦੇ ਖੁਆਬ ਨਾ ਖਿਲਰਨ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।